ਰਹੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਬਜ਼ੁਰਗਵਾਰ ਭਾਰਤ ਦੀ ਸਿਆਸਤ ਦੇ ਬਾਬਾ ਬੋੜ ਨੂੰ ਕਿ ਉਹ ਇਸ ਪਾਵਨ ਸਮੇਂ 'ਤੇ ਆਣ ਕੇ ਆਪਣੇ ਵਿਚਾਰ ਰੱਖਣ। ਮਾਨਯੋਗ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਬਾਦਲ ਸਾਹਿਬ ਨੂੰ ਸਤਿਕਾਰ ਭੇਟ ਕਰਨ। ਬੋਲੇ ਸੋ ਨਿਹਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਜੁਗੋ ਜੁਗ ਅਟਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਚਰਨ ਸਿੰਘ ਜੀ ਤੇ ਦੂਸਰੇ ਜਥੇਦਾਰ ਸਾਹਿਬਾਨ, ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ, ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਸਾਡੀ ਬੇਟੀ ਸੁਮਿਤਰਾ ਕੋਵਿੰਦ ਜੀ, ਫਸਟ ਲੇਡੀ ਆਫ ਦੀ ਕੰਟਰੀ, ਸਾਡੇ ਹਰਦਿਲ ਅਜ਼ੀਜ਼ ਗਵਰਨਰ ਸਾਹਿਬ ਸ੍ਰੀ ਬੀਬੀ ਸਿੰਘ ਬਜਨੌਰ ਜੀ, ਔਰ ਮੇਰੇ ਸਾਹਮਣੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਚਰਨਾਂ ਵਿੱਚ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਤਾ ਨਹੀਂ ਕੀ ਸੰਗਤ ਨੂੰ ਹੋਇਆ, ਅੱਜ ਬੜੇ ਆਪਾਂ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਤੇ ਜਕਾਰੇ ਦਾ ਜਵਾਬ ਤੁਸੀਂ ਦਿੰਦੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ, ਬੜਾ ਪਵਿੱਤਰ ਦਿਨ ਹੈ। ਆਪਾਂ ਬੜੀ ਸ਼ਰਧਾ ਨਾਲ, ਸਤਿਕਾਰ ਨਾਲ, ਜੋਸ਼ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅੱਜ ਦਾ ਦਿਨ ਸਾਰੇ ਸੰਸਾਰ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਧਰਮ ਦੇ ਜਾਂ ਇੱਕ ਦੇਸ਼ ਦੇ ਉਹ ਗੁਰੂ ਨਹੀਂ ਸਨ, ਉਹ ਸਾਰੀ ਮਨੁੱਖਤਾ ਸਾਰੇ ਸੰਸਾਰ ਦੇ ਗੁਰੂ ਸਨ। ਇਸ ਲਈ ਸਾਰਾ ਸੰਸਾਰ, ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਜਿੱਥੇ ਵੀ ਕੋਈ ਬੈਠਾ ਹੈ, ਅੱਜ ਦਾ ਦਿਨ ਮਨਾ ਰਿਹਾ। ਸਾਡੀ ਖੁਸ਼ੀ ਵਿੱਚ ਇੱਕ ਵਾਅਦਾ ਹੋਰ ਹੋ ਗਿਆ, ਔਰ ਵਾਅਦਾ ਕੀ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਜਨਤਾ ਦੇ ਸੰਗਤ ਦੇ ਦਰਸ਼ਨ ਲਈ ਖੁੱਲ ਗਿਆ। ਕੱਲ ਅਸੀਂ ਉੱਥੇ ਦਰਸ਼ਨ ਕਰਕੇ ਆਏ ਹਾਂ, ਔਰ ਮੈਂ ਧੰਨਵਾਦ ਕਰਦਾ ਮੋਦੀ ਸਾਹਿਬ ਦਾ, ਮੈਂ ਧੰਨਵਾਦ ਕਰਦਾ ਪਾਕਿਸਤਾਨ ਦੀ ਸਰਕਾਰ ਦਾ ਕਿ ਐਡੀ ਛੇਤੀ ਐਡਾ ਵਧੀਆ ਉਹ ਕਾਰੀਡੋਰ ਬਣਿਆ ਕਿ ਤੁਸੀਂ ਦੇਖੋਗੇ
ਕਿਸੇ ਦਿਨ ਉਹਰੇ ਸਾਰੇ ਸੰਸਾਰ ਦਾ ਰਿਲੀਜੀਅਸ ਧਾਰਮਿਕ ਇੱਕ ਟੂਰਿਜ਼ਮ ਸੈਂਟਰ ਬਣੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਇੱਕ ਧੁੰਦ ਸੀ, ਜਿਵੇਂ ਪ੍ਰਧਾਨ ਸਾਹਿਬ ਨੇ ਵੀ ਸਾਰੀ ਗੱਲ ਦੱਸੀ ਹੈ। ਹਰ ਕਿਸਮ ਦੀਆਂ ਬੁਰਾਈਆਂ ਉਸ ਵੇਲੇ ਦੀ ਸਰਕਾਰ ਵਿੱਚ ਵੀ ਸਨ ਔਰ ਉਸ ਵੇਲੇ ਦੀ ਜਨਤਾ ਵੀ ਵਿੱਚ ਵੀ ਸਨ। ਊਚ ਨੀਚ, ਜ਼ਾਤ ਪਾਤ ਔਰ ਜ਼ੁਲਮ ਤੇ ਜ਼ਬਰ ਦਾ ਦੌਰ ਸੀ। ਹਕੂਮਤ ਉਸ ਵੇਲੇ ਬਾਬਰ ਦੀ ਸੀ। ਉਹ ਇਹੋ ਜਿਹਾ ਜ਼ਮਾਨਾ ਸੀ ਜਦੋਂ ਹਕੂਮਤਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾ ਸਕਦਾ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਬਾਬਰ ਜਾਬਰ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਔਰ ਇੱਥੋਂ ਤੱਕ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਵੀ ਉਲਾਂਭਾ ਦਿੱਤਾ ਕਿ ਇੰਨੀ ਮਾਰ ਪਈ ਹੈ, ਇੰਨਾ ਕੁਰਲਾਣਾ ਹੋਇਆ, ਤੁਹਾਨੂੰ ਵੀ ਤਰਸ ਨਹੀਂ ਆਇਆ। ਮੇਰਾ ਮਤਲਬ ਇਹ ਹੈ ਕਿ ਉਹ ਉਹਨਾਂ ਨੇ ਇਕੱਲਾ ਜ਼ਬਰ ਜ਼ੁਲਮ ਦੇ ਖਿਲਾਫ ਡਟਣ ਲਈ ਇਹ ਸੰਦੇਸ਼ ਨਹੀਂ ਦਿੱਤਾ ਤੇ ਆਪ ਉਹਦੇ ਸ਼ਾਮਿਲ ਹੋਏ, ਪਰ ਉਹਨਾਂ ਨੇ ਦੋ ਤਰ੍ਹਾਂ ਦੇ ਉਪਦੇਸ਼ ਸਾਨੂੰ ਦਿੱਤੇ ਹੈ। ਇੱਕ ਹੈ ਜ਼ਾਤੀ ਤੌਰ, ਇੱਕ ਹੈ ਸਮਾਜਿਕ ਤੌਰ। ਜ਼ਾਤੀ ਤੌਰ ਤੇ ਕੀ ਹੈ ਕਿ ਹਰ ਇਨਸਾਨ ਨੂੰ ਨਾਮ ਜਪਣਾ ਚਾਹੀਦਾ ਹੈ। ਅਸਲ ਤਾਂ ਜਿਹੜਾ ਬੰਦਾ ਆਇਆ ਉਹਦੀ ਸਭ ਤੋਂ ਵੱਡੀ ਡਿਊਟੀ ਨਾਮ ਜਪਣਾ, ਸਿਮਰਨ ਕਰਨਾ ਹੀ ਉਹਨੀ ਜ਼ਿੰਦਗੀ ਦਾ ਮਤਲਬ ਹੈ। ਕਿਰਤ ਕਰਨੀ, ਵੰਡ ਛਕਣਾ, ਇਹ ਜ਼ਾਤੀ ਤੌਰ ਤੇ ਹਰ ਇਨਸਾਨ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਹੈ, ਉਪਦੇਸ਼ ਦਿੱਤਾ ਹੈ। ਦੂਜਾ ਸਮਾਜਿਕ ਤੌਰ ਤੇ ਉਸ ਵੇਲੇ ਜੋ ਫਿਰਕਾਦਾਰਾਨਾ ਰੁਝਾਨ ਸੀ ਉਹਨਾਂ ਨੇ ਇਹੀ ਫਰਮਾਇਆ, ਏਕ ਪਿਤਾ ਏਕ ਸਕੇ ਹਮ ਬਾਰਕ। ਆਪਾਂ ਜਿੰਨੇ ਲੋਕ ਹਾਂ ਕਿਸੇ ਧਰਮ ਨਾਲ ਤਲਕ ਰੱਖਦੇ ਹਾਂ, ਇਹ ਇੱਕੋ ਪਿਤਾ ਦੇ ਬੇਟੇ ਹਾਂ। ਇਸ ਲਈ ਕੋਈ ਮਨਾਂ ਵਿੱਚ ਫਰਕ ਨਹੀਂ ਰਹਿਣਾ ਚਾਹੀਦਾ। ਔਰ ਇਹ ਤੋਂ ਇਲਾਵਾ ਉਹਨਾਂ ਨੇ ਇਹ ਵੀ ਫਰਮਾਇਆ ਕਿ ਕੋਈ ਉੱਚਾ ਨਹੀਂ, ਕੋਈ ਨੀਚਾ ਨਹੀਂ, ਸਭ ਬਰਾਬਰ ਹਨ। ਸਮਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਜਾਂ ਸਾਨੂੰ ਉਪਦੇਸ਼ ਹੈ ਉਹੀ ਇਹੀ ਹੈ ਕਿ ਜਿਹੜਾ ਗਰੀਬ ਹੈ, ਜਿਹਨੂੰ ਲੋਕ ਨੀਚਾ ਕਹਿੰਦੇ ਹਨ, ਉਹਦੇ ਵੱਲ ਉਹਨਾਂ ਦਾ ਜ਼ਿਆਦਾ ਰੁੱਖ ਸੀ। ਮਲਕ ਭਾਗੋ ਦਾ ਖਾਣਾ ਠੁਕਰਾ ਕੇ ਭਾਈ ਲਾਲੋ ਦੇ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ। ਔਰ ਇਹਦੇ ਨਾਲ ਗੁਰੂ ਸਾਹਿਬ ਨੇ ਨਿਮਰਤਾ ਜਿਹੜੀ ਆ ਉਹਦੇ 'ਤੇ ਬੜਾ ਜ਼ੋਰ ਦਿੱਤਾ ਕਿ ਹਰ ਆਦਮੀ ਨੂੰ ਭਾਵੇਂ ਕਿੱਡੀ ਵੀ ਕੋਈ ਪੁਜ਼ੀਸ਼ਨ ਹੋਵੇ ਉਹਨੂੰ ਨਿਮਰਤਾ ਵਿਖਾਉਣੀ ਚਾਹੀਦੀ ਹੈ। ਔਰ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੋਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸੋ ਕਰੀ। ਇਹ ਸਾਨੂੰ ਇਹਨਾਂ ਗੱਲਾਂ ਤੋਂ ਆਪਾਂ ਦੂਰ ਜਾ ਰਹੇ ਹਾਂ। ਔਰ ਮੈਂ ਇਹੀ ਕਹਿਣਾ
ਕਿ ਜਿਸ ਵੇਲੇ ਦੇ ਹਾਲਾਤ ਉਹ ਸਨ ਆਪਾਂ ਵੀ ਉਸ ਪਾਸੇ ਨੂੰ ਤੁਰਦੇ ਜਾ ਰਹੇ ਹਾਂ ਔਰ ਉਹਨਾਂ ਨੇ ਔਰਤ ਜਾਤ ਨੂੰ ਬਰਾਬਰੀ ਦਾ ਹੱਕ ਦਿੱਤਾ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਔਰ ਇਹੀ ਨਹੀਂ ਉਹਨਾਂ ਨੇ ਉਸ ਸਮੇਂ ਭਾਵੇਂ ਪੜ੍ਹਾਈ ਬਹੁਤ ਘੱਟ ਸੀ ਪਰ ਤਾਲੀਮ ਤੇ ਵੀ ਬੜਾ ਜ਼ਰੂਰ ਦਿੱਤਾ ਕਿ ਸਭ ਨੂੰ ਪੜ੍ਹਾਈ ਜਿਹੜੀ ਹੈ ਗਿਆਨ ਜੋ ਹੈ ਇਹ ਬੜਾ ਜ਼ਰੂਰੀ ਹੈ ਔਰ ਉਹਨਾਂ ਨੂੰ ਸਾਰੇ ਧਰਮ ਮੁਸਲਮਾਨ ਭਾਵੇਂ ਸਿੱਖ ਜਾਂ ਕੋਈ ਹੈ ਆਪਣਾ ਗੁਰੂ ਜਾਂ ਪੈਗੰਬਰ ਸਮਝਦੇ ਸਨ ਨਾਨਕ ਸ਼ਾਹ ਫਕੀਰ ਹਿੰਦੂਆਂ ਦਾ ਬਾਦਸ਼ਾਹ ਅਤੇ ਮੁਸਲਮਾਨਾਂ ਦਾ ਪੀਰ ਇਹ ਜੀ ਉੱਚੀ ਸ਼ਖਸੀਅਤ ਸੀ ਉਹਨਾਂ ਦੀ ਮੈਂ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਮਿਹਨਤ ਕਰਕੇ ਲੰਬੇ ਸਮੇਂ ਕਿਸਮ ਕਿਸਮ ਦੇ ਪ੍ਰੋਗਰਾਮ ਇੱਥੇ ਰੱਖੇ ਔਰ ਇਸ ਧਰਤੀ ਜਿਹਦੇ ਦੇ ਚੱਪੇ ਚੱਪੇ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਉਹਨੂੰ ਉੱਥੇ ਆ ਕੇ ਆਪਾਂ ਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਆਪਣੇ ਦੇਸ਼ ਦੇ ਰਾਸ਼ਟਰਪਤੀ ਅਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਇਸ ਫੰਕਸ਼ਨ ਦਾ ਜਾਂ ਇਹ ਪੁਰਬ ਦਾ ਵਿੱਚ ਆ ਕੇ ਇਹਦੇ ਵਿੱਚ ਆ ਕੇ ਵਾਅਦਾ ਕੀਤਾ ਬਹੁਤ ਸਾਰੀਆਂ ਸ਼ਖਸੀਅਤਾਂ ਆਈਆਂ ਪ੍ਰਧਾਨ ਮੰਤਰੀ ਜੀ ਆਏ ਦੂਜੇ ਸੂਬਿਆਂ ਦੇ ਚੀਫ ਮਿਨਿਸਟਰ ਆਏ ਕਿਹਦਾ ਕਿਹਦਾ ਨਾਂ ਲਵਾਂ ਅੱਜ ਸਾਰੇ ਸੰਤ ਮਹਾਤਮਾ ਉਹ ਬਿਰਾਜਮਾਨ ਹਨ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਪਰ ਅਖੀਰ ਸਵਾਲ ਇਹ ਹੈ ਕਿ ਆਪਾਂ ਦਿਨ ਤਾਂ ਮਿਲਾ ਲੈਂਦੇ ਹਾਂ ਪਰ ਉਹਨਾਂ ਗੱਲਾਂ 'ਤੇ ਜਿਨ੍ਹਾਂ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਹੋਰ ਗੁਰੂ ਸਾਹਿਬਾਨ ਨੇ ਆਪਾਂ ਨੂੰ ਆਦੇਸ਼ ਦਿੱਤੇ ਹੈ ਉਹਦੇ ਵੱਲ ਘੱਟ ਧਿਆਨ ਦਿੰਦੇ ਹਾਂ ਮੈਂ ਸਮਝਦਾ ਦੇਸ਼ ਵਿੱਚ ਇੱਕ ਖਾਲਸਾ ਪੰਥ ਹੈ ਜਿਹੜਾ ਸੈਕੂਲਰਿਜ਼ਮ ਅਤੇ ਸੋਸ਼ਲਿਜ਼ਮ ਜਿਹੜੀ ਦੁਨੀਆ ਕਹਿੰਦੀ ਹੈ ਉਹ ਤਾਂ ਲਫ਼ਜ਼ਾਂ 'ਚ ਕਹਿੰਦੀ ਹੈ ਪਰ ਆਪਣੇ ਕਰਕੇ ਵਿਖਾਇਆ ਲੰਗਰ ਪੰਗਤ ਇਹ ਵੀ ਆਪਣੀ ਵਿਰਸੇ 'ਚ ਸਾਨੂੰ ਮਿਲਿਆ ਔਰ ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆਪਣੇ ਗੁਰੂ ਹੈ ਉਹਨਾਂ 'ਚ ਬਾਣੀ 6 ਗੁਰੂ ਸਾਹਿਬਾਨ ਦੀ ਬਾਣੀ ਹੈ ਬਾਕੀ ਭਗਤ ਕਬੀਰ ਅਤੇ ਹੋਰ ਬਰਾਦਰੀਆਂ ਦੇ ਜਾਤਾਂ ਦੇ ਉਸ ਵੇਲੇ ਦੀ ਉੱਚ ਸ਼ਖਸੀਅਤਾਂ ਦੀ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਲਈ ਪਰਨ ਕਰੋ ਕਿ ਆਪਾਂ ਅੱਜ ਕੁਛ ਨਾ ਕੁਛ ਸਿੱਖੀਏ ਅਤੇ ਇਹਨਾਂ ਚੀਜ਼ਾਂ 'ਤੇ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਤੌਰ 'ਤੇ ਧੰਨਵਾਦ ਬਾਦਲ ਸਾਹਿਬ ਜੀ ਦਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ 'ਚ ਬਿਰਾਜਮਾਨ ਨੇ ਸਿੱਖ ਕੌਮ ਦੀ ਸਤਿਕਾਰਤ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਪਹਿਲਾਂ ਕੌਮ ਦੇ ਨਾਂ ਸੰਦੇਸ਼ ਦਿੱਤਾ ਉਹਨਾਂ ਨੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਆਦੇਸ਼ ਕੀਤਾ ਸੀ ਕਿ ਸਿੱਖ ਕੌਮ ਸਮੁੱਚੇ ਰੂਪ ਦੇ ਵਿੱਚ ਧਾਰਮਿਕ ਸਮਾਗਮ ਜਿਹੜਾ ਵਾ ਉਹ ਗੁਰਦੁਆਰਾ ਬੇਰ ਸਾਹਿਬ ਦੀ ਸਟੇਜ 'ਤੇ ਮਿਲ ਕੇ ਕਰੇ ਮੈਨੂੰ ਖੁਸ਼ੀ ਆ ਕਿ ਸਿੱਖ ਕੌਮ ਦੇ ਜਿੰਨੀ ਵੀ ਲੀਡਰਸ਼ਿਪ ਆ ਸਿੱਖਾਂ ਨੇ ਇਹ ਸਮਾਗਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ
ਅੱਜ ਮਨਾ ਕੇ ਸੰਗਤੀ ਰੂਪ ਦੇ ਵਿੱਚ ਸਿੱਖ ਲੀਡਰਸ਼ਿਪ ਵੀ ਜਿਹੜੀ ਆ ਉਹ ਸਟੇਜ ਦੇ ਥੱਲੇ ਬਿਰਾਜਮਾਨ ਹੈ। ਸਾਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਆਦੇਸ਼ ਸੰਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ, ਸਾਡਾ ਪਰਮ ਧਰਮ ਕਰਤੱਵ ਹੈ। ਬਾਦਲ ਸਾਹਿਬ ਉਸ ਵੇਲੇ ਦੇ ਹਾਲਾਤਾਂ ਦੀ ਗੱਲ ਕਰ ਰਹੇ ਸਨ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਾਵਨ ਬਾਣੀ 'ਚ ਸਾਨੂੰ ਉਦੇਸ਼ ਕਰਦੇ ਹਨ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਘ ਕਰ ਉੱਡਰਿਆ ਕੂੜ ਮਾਵ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਹਉ ਪਾਲਵ ਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਫਿਰ ਧਾਰਮਿਕ ਨੇਤਾ ਜਿਹੜੇ ਸਨ ਉਸ ਵੇਲੇ ਦੇ ਉਹਨਾਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ, ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੋ ਹੋ ਜਾੜੇ ਕਾ ਬੰਦ। ਹੁਣ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਵੀ ਪੀ ਸਿੰਘ ਜੀ ਬਦਨੌਰ ਉਹਨਾਂ ਨੇ ਸੰਗਤ ਦੇ ਨਾਲ ਸਮੇਂ ਅਨੁਸਾਰ ਵਿਚਾਰ ਸਾਂਝੇ ਨਹੀਂ ਕਰਨੇ। ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਉਹਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਹੋਣੀ ਆ। ਉਪਰੰਤ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਹੋਣਾ ਹੈ। ਮੈਂ ਮਾਨਯੋਗ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਦੇ ਗਵਰਨਰ ਸ਼੍ਰੀ ਵੀ ਪੀ ਸਿੰਘ ਜੀ ਬਦਨੌਰ ਦਾ ਸਤਿਕਾਰ ਕਰਨ। ਬੋਲੇ ਸੋਨੇਹਾ, ਹਾਰਦਿਕ ਤੌਰ 'ਤੇ ਧੰਨਵਾਦ ਹੈ ਗਵਰਨਰ ਸਾਹਿਬ ਦਾ। ਨਾਓ ਆਈ ਵਿਲ ਰਿਕੁਐਸਟ ਆਨਰੇਬਲ ਪ੍ਰੈਜੀਡੈਂਟ ਆਫ ਇੰਡੀਆ ਟੂ ਅਡਰੈਸ ਦਾ ਕੰਗਰੈਜੂਲੇਸ਼ਨ ਐਂਡ ਮੈਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮਾਨਯੋਗ ਰਾਸ਼ਟਰਪਤੀ ਦਾ ਪਹਿਲੋਂ ਸਨਮਾਨ ਸਿਰੋਪਾਉ ਦੀ ਬਖਸ਼ਿਸ਼ ਕਰਕੇ ਕਰਨਗੇ। ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸਿੱਖ ਕੌਮ ਵੱਲੋਂ ਬੋਲੇ ਸੋਨੇਹਾ, ਬੋਲੇ ਸੋਨੇਹਾ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਆਪ ਜੀ ਨੂੰ ਸੰਬੋਧਨ ਹੋਣਗੇ, ਉਹਨਾਂ ਦੀ ਆਮਦ 'ਚ ਇੱਕ ਜਕਾਰਾ ਬੋਲੇ ਸੋਨੇਹਾ। ਇਸ ਪਵਿੱਤਰ ਸਮਾਗਮ ਵਿੱਚ ਹਾਜ਼ਰ ਪੰਜਾਬ ਦੇ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਜੀ, ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ, ਕਮੇਟੀ ਦੇ ਪ੍ਰਧਾਨ ਸ਼੍ਰੀ ਗੋਬਿੰਦ ਸਿੰਘ ਲੌਂਗਾਵਾਲ ਜੀ, ਮੰਚ 'ਤੇ ਵਿਰਾਜਮਾਨ ਸਾਰੇ ਜਥੇਦਾਰ, ਹੋਰ ਉੱਗੀਆਂ ਹਸਤੀਆਂ, ਭੈਣੋ ਅਤੇ ਭਰਾਵੋ, ਸਤਿ ਸ਼੍ਰੀ ਅਕਾਲ। ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਸਾਰੇ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸੇ ਭਾਰਤੀ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਬਿੰਦਾ। ਅੱਜ ਦੇ ਦਿਨ ਸੁਲਤਾਨਪੁਰ ਲੋਧੀ ਵਿੱਚ ਹੋਣਾ ਬੜੇ ਮਾਣ ਦੀ ਗੱਲ ਹੈ। ਇਹ ਉਹ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ। ਇਸ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਯਾਤਰਾ ਨਾਲ ਜੁੜੇ ਪਵਿੱਤਰ ਅਸਥਾਨ ਮੌਜੂਦ ਹਨ। ਸੁਲਤਾਨਪੁਰ ਵਿੱਚ ਆਪਣਾ ਬ੍ਰਹਮ ਸਰੂਪ ਪ੍ਰਾਪਤ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਗਿਆਨ ਦੀ ਮਿਸਾਲ ਲੈ ਕੇ ਪੂਰੀ ਦੁਨੀਆ ਵਿੱਚ ਉਜਾਲਾ ਕਰਨ ਲਈ ਨਿਕਲ ਪਏ। ਇਹ ਧਰਤੀ ਗੁਰੂ ਨਾਨਕ ਦੇਵ ਜੀ ਦੁਆਰਾ ਮਨੁੱਖਤਾ ਨੂੰ ਪ੍ਰਕਾਸ਼ਮਾਨ ਕਰਨ ਦੀ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ। ਮੈਂ ਇਸ ਪੂਜਨੀਕ ਧਰਤੀ ਨੂੰ ਮੱਥਾ ਟੇਕਦਾ ਹਾਂ। ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਸੰਨ 1496 ਵਿੱਚ 27 ਸਾਲਾਂ ਦੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਵਿਦਾਈ ਲਈ। ਉਹ ਲਗਾਤਾਰ 23 ਸਾਲ ਤੱਕ ਕੁੰਮ ਕੇ ਆਮ ਲੋਕਾਂ ਨੂੰ ਸਰਬੱਤ ਦਾ ਭਲਾ ਦਾ ਸੰਦੇਸ਼ ਦਿੰਦੇ ਰਹੇ। ਬਹਿਨੋ ਔਰ ਭਾਈਓ,
गुरु नानक देव जी ने बराबरी, भाईचारा, नेकी और सदाचार की सीख देकर लोगों को जात पात और कर्म कांड से मुक्त करने का हमेशा प्रयास किया। अपनी बात लोगों के दिलों तक पहुंचाने के लिए उन्होंने संगीत की मिठास में रची बसी सरल भाषा में उपदेश भी दिए। गुरु नानक देव जी ने गृहस्थ जीवन की जिम्मेदारियों को निभाने के साथ साथ परम ज्ञान पाने की राह दिखाई। उन्होंने इस मिथक को तोड़ा कि यदि मोक्ष चाहिए तो परिवार छोड़ना होगा। उन्होंने अपनी ही जिंदगी के जरिए लोगों के सामने मेहनत और वैराग्य के संगम की मिसाल पेश की। यही कारण है कि गुरु नानक देव जी हम सबके दिलों में बसते हैं। गुरु नानक देव जी की अनुयायी गुरुद्वारों में श्रद्धा के साथ अरदास, परिक्रमा और अन्य धार्मिक नियमों का पालन करते हैं, लेकिन साथ ही साथ उनके सच्चे अनुयायी सबकी भलाई करते हैं, सबके साथ भाईचारा रखते हैं तथा मेहनत और ईमानदारी से काम करते हैं। परिश्रम पर आधारित अध्यात्म की शिक्षा का ही ये नतीजा है कि गुरु नानक देव जी को मानने वाले पूरी दुनिया में अपनी सफलता के लिए जाने जाते हैं। साथ ही वे साझी वालता के लिए भी सराहे जाते हैं। सफलता का ऊंचा मुकाम हासिल करने वाले लोगों को गुरुद्वारों में बिना किसी स्वार्थ के बेहिचक हर तरह की सेवा करते हुए देखा जाता है। गुरु नानक देव जी के श्रद्धालु नाम जपो, कीरत करो और वंड छको के उपदेश पर अमल करते हैं। पैणोते प्रावो, गुरु नानक देव जी ने हमेशा यह समझाया कि परमात्मा कण कण विच आते हर जगह मौजूद है। जन्म साखियां विच उना दी मक्का फेरी दा वर्णन मिलता है। ऐस यात्रा नाल जुड़ी एक प्रचलित कथा है जिसका सार ये है कि अजे ही कोई भी दिशा या स्थान नहीं है जिथे रब मौजूद ना होवे। गुरु नानक देव जी तो लेके गुरु गोविंद सिंह जी तक निडरता दे नाल इंसाफ की तरफ दादी करन अते सच नू पौन दी एक महान रवायत है। सिख परंपरा विच पीरी अर्थात रूहानी ऊंचाई अते मीरी अर्थात बहादुरी दोना दे जोर दिता गया। गुरु गोविंद सिंह जी श्रद्धा ते शक्ति दा एक रूप सन। शुभ कर्मा तो कदे ना हिलना अते अन्याय विरुद्ध लड़न दा इरादा ही उना दी प्रार्थना सी। देही सेवा वर मोहे यही शुभ कर्मन ते कबहू न टरो। इस महान गुरु परंपरा तो जेड़ी सिख्या मिली है उसनू आपड़े जीवन विच टाल के ही असी सारे आपड़े देश नू अते पूरी दुनिया नू बधिया बनावन ले अपना योगदान पा सकते हैं। इस तरह करके ही असी सारे सच्चे पातशाह गुरु नानक देव जी प्रति सच्ची सम्मान प्रकट कर सकते हैं। आओ असी सारे पूरी मनुखता दे कल्याण ले गुरु नानक देव जी का आशीर्वाद लईए। नानक नाम जहाज चढ़े सो उतरे पार। वाहे गुरु दा खालसा, वाहे गुरु जी फतेह। धन्यवाद। जय हिंद। बोले सो निहाल। हुण मैं मानयोग प्रधान साहब जी नूं बेनती करांगा कि भारत दी फस्ट लेडी मैडम सुरता कविंद जी नूं सन्मान सत्कार भेट करनगे। नाल ही प्रधान साहब जी नूं बेनती है कि कैबिनेट मंत्री श्री सोम प्रकाश जी आए हैं, उन्हां नूं भी सत्कार भेट किया जाए। बोले सो निहाल। राष्ट्रपति साहब ने जगत गुरु गुरु नानक साहब दीआं सिख्यावां बारे गल करदिआं समें सिर सच बोलण दी गल कीती है। सतगुरु गुरु नानक देव जी महाराज जी का कथन है, पावन शब्द है, सच की बाणी नानक आखे सच सुनाए सी सच की बेला। अज दे समागम दे विच जिथे लखां दी गिणती विच संगत हाज़र है, संत समाज धार्मिक मुखी विराजमान हाज़र हन, उत्थे ही भारत दी सियासत दे रूहे रवां भारत दे बहुत सारे MP
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੀ ਸੰਗਤ ਦੇ ਵਿੱਚ ਬਿਰਾਜਮਾਨ ਹਨ। ਉਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਨੂੰ ਪ੍ਰਵਾਨ ਕਰਕੇ ਇੱਕ ਧਾਰਮਿਕ ਸਟੇਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਲਾਉਂਦੀ ਆ ਉਹਦੇ 'ਤੇ ਸ਼ਿਰਕਤ ਕੀਤੀ ਆ, ਹਿੱਸਾ ਪਾਇਆ ਵਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਪ੍ਰਵਾਨ ਕੀਤਾ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਮ ਰੋਮ ਤੋਂ ਧੰਨਵਾਦ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਸਮੇਂ ਜਦੋਂ ਕਿ ਅਸੀਂ ਇਹ ਗੱਲ ਕਰ ਰਹੇ ਹਾਂ, ਕਿਰਤ ਦੀ ਗੱਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਆਦੇਸ਼ ਵਿੱਚ ਕੀਤੀ ਹੈ, ਕਿਰਤ ਸੱਭਿਆਚਾਰ ਦੀ ਗੱਲ ਕੀਤੀ ਹੈ, ਅਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸਾਨ ਨੂੰ ਕਿਰਸਾਣੀ ਕਰਨ ਦਾ ਬਲ ਵੀ ਸਿਖਾਉਂਦੇ ਹਨ। ਜਦ ਉਹ ਕਹਿੰਦੇ ਹਨ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸਹਾਗਾ, ਰੱਖ ਗਰੀਬੀ ਵੇਸ਼। ਫਿਰ ਉਹ ਜਦੋਂ